ਅਗਲੀ ਵਾਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਦੋਂ ਸਾਸ ਗ੍ਰਾਹ ਸਿਮਨ ਚੱਲਣ ਲੱਗ ਗਿਆ, ਉਹਨੂੰ ਤਾਂ ਸੰਤ ਵੀ ਕਿਹਾ ਮਹਾਰਾਜ ਜੀ ਨੇ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਸੰਤ ਬਣ ਗਿਆ, ਕਿਉਂਕਿ ਸਿਮਰ ਤਾਂ ਵਿਸਰਦਾ ਨਹੀਂ। ਸਿਮਰ ਤਾਂ ਉੱਠਦਿਆਂ ਬੈਠਦਿਆਂ ਸੁੱਤਿਆਂ ਪਿਆਂ ਅੰਦਰ ਇਸ ਤਰ੍ਹਾਂ ਚੱਲ ਰਿਹਾ ਹੈ ਜਿਸ ਤਰ੍ਹਾਂ ਚਸ਼ਮੇ 'ਚੋਂ ਪਾਣੀ ਨਿਕਲਦਾ ਹੈ। ਸੁੱਤੇ ਸਿੱਧ ਕਰਨ ਦੀ ਲੋੜ ਨਹੀਂ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਂ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਉਹ ਗੁਰ ਸਿੱਖ ਗੁਰੂ ਦੇ ਮਨ ਨੂੰ ਭਾ ਜਾਂਦਾ ਹੈ। ਭਾਉਣ ਦਾ ਮਤਲਬ ਗੁਰੂ ਨੂੰ ਚੰਗਾ ਲੱਗਦਾ ਸਿੱਖ, ਇਹਦਾ ਮਤਲਬ ਸਿਮਰਨ ਕਰਨ ਵਾਲਾ ਹੀ ਚੰਗਾ ਲੱਗਦਾ ਨਾ। ਬਾਣੀ ਪੜ੍ਹਨ ਵਾਲਾ ਸਿੱਖ ਚੰਗਾ ਲੱਗਦਾ ਹੈ, ਸੇਵਾ ਕਰਨ ਵਾਲੇ 'ਤੇ ਗੁਰੂ ਦੀ ਖੁਸ਼ੀ ਹੋਣਾ। ਸੇਵਾ ਕੀਤੀ ਸਫ ਹੈ ਜਾਂ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮ ਮਲ ਭੰਨ। ਸਤਿਗੁਰ ਦਾ ਮਨ ਮੰਨਣਾ ਕਿ ਗੁਰੂ ਦੀ ਖੁਸ਼ੀ ਹੋ ਜਾਣੀ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਗੁਰੂ ਦੀ ਖੁਸ਼ੀ ਹੋ ਗਈ, ਸਮਝ ਲਓ ਵੀ ਤਿੰਨੇ ਲੋਕ ਮੁੱਠੀ 'ਚ ਆ ਗਏ। ਜੇ ਗੁਰੂ ਦੀ ਨਾਰਾਜ਼ਗੀ ਹੋ ਗਈ, ਭੀਖੇ ਨੇ ਗੱਲ ਇਹ ਕਹੀ ਹੈ ਨਾ, ਭੀਖਾ ਭੋਜਨ ਕੌਣ ਹੈ, ਗੁਰ ਕੋ ਕਹਿਤੇ ਔਰ, ਹਰ ਰੂਠੇ ਗੁਰ ਮੇਲਤਾ, ਗੁਰ ਰੂਠੇ ਨਾ ਹੀ ਠਾਹੋਰ। ਕਹਿੰਦੇ ਰੱਬ ਰੁੱਸਜੇ ਗੁਰੂ ਵਿਚੋਲਾ ਬਣ ਕੇ ਮਿਲਾਪ ਕਰਾ ਸਕਦਾ ਹੈ। ਹੈ ਹੀ ਵਿਚੋਲਾ ਗੁਰੂ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ। ਮਹਾਂਪੁਰਸ਼ਾਂ ਨੂੰ ਵੀ ਵਿਚੋਲੇ ਮੰਨਿਆ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ ਹਾਂ, ਢੂੰਡੇਂਦੀ ਜਗ ਸਵਾਇਆ ਜਾਂ ਨਾਨਕ ਵੇਲੇ ਕੇ। ਇਹੋ ਜਿਹੇ ਵਿਚੋਲੇ ਮਿਲ ਜਾਣ ਨਾ ਕਿਤੇ। ਬੁਲਿਹਾਰ ਵਿਚੋਲੇ ਦੇ ਜੀਨੇ ਪੂਰੇ ਗੁਰੂ ਮਿਲਾਏ, ਬੁਲਿਹਾਰ ਵਿਚੋਲੇ ਦੇ ਜੀਨੇ ਪੂਰੇ ਗੁਰੂ ਜੈ
ਵਸੀਠ ਵਸੀਠ ਵਿਚੋਲੇ ਨੂੰ ਵਕੀਲ ਨੂੰ ਕਹਿੰਦੇ ਹਨ। ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਸੋ ਗੁਰੂ ਮਿਲਾਪ ਕਰਾ ਸਕਦਾ ਹੈ, ਪਰ ਜੇ ਗੁਰੂ ਨਾਰਾਜ਼ ਹੋ ਗਿਆ ਨਾ, ਧਰ ਤੋਂ ਸਮਾਨ ਨਾ ਝੱਲੇ ਹੀ ਨਾ, ਧਰਤੀ ਝੱਲੇ ਨਾ ਅਸਮਾਨ ਝੱਲੇ। ਗੁਰੂ ਦੀ ਨਾਰਾਜ਼ਗੀ ਕਦੋਂ ਹੁੰਦੀ ਹੈ? ਜਦੋਂ ਸਿੱਖ ਗੁਰੂ ਦਾ ਹੁਕਮ ਨਹੀਂ ਮੰਨਦਾ, ਮੱਥੇ ਜ਼ਰੂਰ ਟੇਕਦਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਤਾਏ ਨਾ ਕਾਈ ਪਾਏ। ਬਾਣੀ ਨੂੰ ਜ਼ਰੂਰ ਮੰਨਦੇ ਨੇ, ਬਾਣੀ ਦੀ ਨਹੀਂ ਮੰਨਦੇ। ਹਰੀ ਕਮਲ ਜੀ ਇਹ ਜਿਹੜੇ ਮਹਾਰਾਜ ਕੋਲ ਆਇਆ ਕਰਦੇ ਨਾ, ਹਾਸ ਰਸ ਦੇ ਬਚਨ ਕਰਿਆ ਕਰਦੇ, ਉਹ ਇਹ ਗੱਲ ਕਹਿੰਦੇ ਹੁੰਦੇ ਬੜੀ ਜ਼ੋਰ ਦੇ ਕੇ। ਅਸੀਂ ਬਾਣੀ ਨੂੰ ਤਾਂ ਮੰਨਦੇ ਹਾਂ, ਬਾਣੀ ਦੀ ਨਹੀਂ ਮੰਨਦੇ। ਬਾਣੀ ਨੂੰ ਮੰਨਣਾ, ਨਮਸਕਾਰਾਂ ਕਰਨੀਆਂ, ਮੱਥੇ ਟੇਕਣੇ, ਚੌਰ ਕਰਨਾ, ਹੋਰ ਸਾਰਾ ਕੁਝ ਕਰਦੇ ਹਾਂ, ਪਰ ਬਾਣੀ ਦੀ ਨਹੀਂ ਮੰਨਦੇ। ਜਿਸ ਤਰ੍ਹਾਂ ਇੱਕ ਪੁੱਤਰ ਹੈ, ਆਪਣੇ ਪਿਤਾ ਦੀ ਬੜੀ ਸੇਵਾ ਕਰਦਾ ਹੈ, ਏਅਰ ਕੰਡੀਸ਼ਨ ਕਮਰਾ ਵੀ ਲਾ ਦਿੱਤਾ, ਹੋਰ ਵੀ ਹਰ ਵੇਲੇ ਜੋ ਵੀ ਉਹਨੂੰ ਲੋੜ ਹੁੰਦੀ ਹੈ, ਅਤੇ ਚੰਗਾ ਪ੍ਰਸ਼ਾਦਾ ਸਭ ਕੁਛ, ਨੌਕਰ ਵੀ ਦਿੱਤਾ, ਸਭ ਕੁਛ ਹੈ। ਪਰ ਜੇ ਪਿਤਾ ਕਹਿੰਦਾ ਬੇਟਾ ਜੂਆ ਨਾ ਖੇਡਿਆ ਕਰ, ਬੇਟਾ ਸ਼ਰਾਬ ਨਾ ਪੀਆ ਕਰ, ਬੇਟਾ ਕੁਸੰਗਤ 'ਚ ਨਾ ਬੈਠਿਆ ਕਰ, ਉਹ ਨਹੀਂ ਹਟਦਾ, ਅਤੇ ਫਿਰ ਕੀ ਪਿਤਾ ਦੀ ਕਿਤੇ ਸੇਵਾ ਕਰਨ ਵਾਲੀ ਖੁਸ਼ੀ ਹੋਵੇਗੀ? ਕਹਿੰਦਾ ਵੀ ਸੇਵਾ ਦਾ ਤੇਰੀ ਦਾ ਕੀ ਫਾਇਦਾ, ਜਾਂ ਤਾਂ ਮੇਰੀ ਗੱਲ ਹੀ ਨਹੀਂ ਮੰਨਣੀ। ਇਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਇਹ ਮੱਥੇ ਤਾਂ ਫਿਰ ਇਹਦਾ ਮਤਲਬ ਅਪਰਾਧ ਦੀ ਦੋਣਾ ਨਿਵੇ ਨਾ, ਉਹ ਗੱਲ ਆ ਗਈ। ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਥੀ ਹੈ, ਜਰਦੇ ਕਸੁੱਧੇ ਜਾਏ ਰਹਿ ਤਵਰ ਕਾ ਛਬਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀਨ। ਗੁਰੂ ਦੀ ਨਾਰਾਜ਼ਗੀ ਜਦੋਂ ਅਸੀਂ ਗੁਰੂ ਦਾ ਵਚਨ ਨਹੀਂ ਮੰਨਦੇ, ਹਰ ਰੋਜ਼ ਵਚਨ ਆਪਾਂ ਬਾਣੀ ਦਾ ਸੁਣਦੇ ਹਾਂ, ਸੇਵਕ ਸਿੱਖ ਪੂਜਨ ਸਭ ਆਵੇ, ਸਾਰੇ ਆਏ ਹਾਂ ਆਪਾਂ, ਸਭ ਗਾਵੇ ਹਰ ਹਰ ਉੱਤਮ ਬਾਣੀ, ਸਾਰੀ ਬਾਣੀ ਗਾ ਰਹੇ ਹਾਂ, ਪਰ ਮਹਾਰਾਜ ਕਹਿੰਦੇ ਥਾਂਏ ਸਭ ਦਾ ਨਹੀਂ ਪੈਣਾ। ਬਸ ਗਾਵਿਆ ਸੁਣਿਆ ਤਿਨਕਾ ਥਾਂਏ ਪਾਵੇ, ਕਿਹਨਾਂ ਦਾ ਮਹਾਰਾਜ ਜੀ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਗੁਰੂ ਦੀ ਆਗਿਆ ਜੈਸੀ ਆਗਿਆ ਕੀਨੀ ਠਾਕੁਰ, ਤਿਸੇ ਮੁੱਖ ਨਹੀਂ ਮੋੜਿਓ, ਸਹਿਜ ਆਨੰਦ ਰੱਖਿਓ, ਗ੍ਰਹਿ ਭੀਤਰ ਉੱਠ ਆਹੂ ਕਉ ਦੌੜਿਓ। ਗੁਰੂ ਦੀ ਆਗਿਆ ਮੰਨਣੀ, ਗੁਰੂ ਦਾ ਹੁਕਮ ਮੰਨਣਾ, ਗੁਰੂ ਦੇ ਭਾਣੇ ਵਿੱਚ ਖੜਨਾ, ਅਤੇ ਜੇ ਆਗਿਆ ਮੰਨਦੇ ਹਾਂ ਤਾਂ ਗੁਰੂ ਦੀ ਬੜੀ ਖੁਸ਼ੀ ਹੈ, ਬਹੁਤੇ ਕਰਮ ਕਾਂਡ ਦੀ ਵੀ ਲੋੜ ਨਹੀਂ। ਪਰ ਜੇ ਆਗਿਆ ਨਹੀਂ, ਕੁਛ ਵੀ ਕਰੀ ਜਾ ਤੂੰ, ਜਿੰਨਾ ਮਰਜ਼ੀ ਪੁੱਠਾ ਲਮਕੀ ਜਾ, ਜੇ ਆਗਿਆ ਨਹੀਂ ਮੰਨਦਾ। ਅਤੇ ਇਸ ਕਰਕੇ ਗੁਰੂ ਦੀ ਨਾਰਾਜ਼ਗੀ ਸਾਡੇ 'ਤੇ ਉਦੋਂ ਹੁੰਦੀ ਹੈ ਜਦੋਂ ਗੁਰੂ ਮਹਾਰਾਜ ਕਹਿੰਦੇ ਨੇ ਖਾਲਸਾ ਜੀ ਤੁਸੀਂ ਦੁਨੀਆ ਤੋਂ ਨਿਆਰੇ ਹੋ, ਜਬਲਾ ਖਾਲਸਾ ਰਹਿ ਨਿਆਰਾ, ਕਿਉਂਕਿ ਨਿਆਰੇ ਢੰਗ ਨਾਲ ਵਾਹਿਗੁਰੂ ਦੇ ਹੁਕਮ ਨਾਲ, ਕਿ ਕੋਈ ਵੀ ਪੰਥ ਐਸਾ ਨਹੀਂ ਪਰਮੇਸ਼ੁਰ ਦੇ ਹੁਕਮ ਵਿੱਚ ਪ੍ਰਗਟ ਹੋਇਆ ਹੋਵੇ, ਪਹਿਲੀ ਗੱਲ। ਇਸ ਢੰਗ ਨਾਲ ਕੋਈ ਪੰਥ ਨਹੀਂ ਪੈਦਾ ਹੋਇਆ, ਜਿਵੇਂ ਕਲੀ ਧਰ ਪਾਤਸ਼ਾਹ ਨੇ ਸਿਰ ਲਾ ਕੇ ਪੰਥ ਪੈਦਾ ਕੀਤਾ, ਇਹ ਦੂਸਰੀ ਗੱਲ। ਸੋ ਇਹ ਨਿਆਰੇ ਨੇ ਢੰਗ, ਕਿਉਂਕਿ ਜਦੋਂ ਪੁੱਛਿਆ ਸੀ ਮਹਾਰਾਜ ਜੀ ਖਾਲਸਾ ਹੈ ਕੀ, ਮਹਾਰਾਜ ਜੀ ਕਹਿੰਦੇ ਕਾਲਪੁਰ ਕੀ ਫੌਜ, ਫੌਜ ਦਾ ਮਤਲਬ ਕੀ, ਕਿਉਂ ਕਿਹਾ ਜੀ ਫੌਜ, ਹਾਲਾਂਕਿ ਫੌਜ ਵੀ ਅਕਾਲ ਪੁਰਖ ਦੀ, ਫੌਜ ਦੇ ਵਿੱਚ ਡਿਸਿਪਲਿਨ ਹੁੰਦਾ ਹੈ, ਫੌਜ ਵਿੱਚ ਹੁਕਮ ਮੰਨਣ ਦੀ ਤਾਕਤ ਹੁੰਦੀ ਹੈ ਫੌਜੀਆਂ 'ਚ। ਜੇ ਹੁਕਮ ਹੋ ਗਿਆ ਅਫਸਰ ਦਾ ਵੀ ਸਿੱਧੇ ਤੁਰੇ ਜਾਓ, ਚਾਹੇ ਅੱਗ ਮੱਚਦੀ ਹੋਵੇ, ਉਹ ਰੁਕਣਗੇ ਨਹੀਂ, ਆਰਡਰ ਇਜ਼ ਆਰਡਰ, ਜਿੰਨੀ ਦੇਰ ਹੁਕਮ ਨਹੀਂ ਹੁੰਦਾ ਰੁਕਣ ਦਾ ਨਹੀਂ ਰੁਕਦੇ, ਵਰਦੀਆਂ ਗੋਲੀਆਂ 'ਚ ਛਾਤੀਆਂ ਤਾਣ ਕੇ ਤੁਰੇ ਜਾਂਦੇ, ਨਹੀਂ ਪਿੱਛੇ ਹਟਦੇ। ਫੌਜ ਵਾਲਾ ਡਿਸਿਪਲਿਨ ਦਿੱਤਾ ਖਾਲਸਾ ਜੀ ਤੈਨੂੰ। ਸੋ ਖਾਲਸਾ ਪ੍ਰਗਟਿਓ, ਖਾਲਸਾ ਪਰਮਾਤਮਾ ਕੀ ਮੌਜ, ਵਾਹਿਗੁਰੂ ਦੀ ਮੌਜ ਹੋਈ, ਉਹਦਾ ਹੁਕਮ ਹੋਇਆ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਆਗਿਆ ਹੋਈ ਵਾਹਿਗੁਰੂ ਦੀ, ਆਗਿਆ ਕੀਤੀ ਹੈ ਵਾਹਿਗੁਰੂ।